वाला सामने आया, बाद से फिर बैक साइड तो आके ला के ले आ गया, पता ही नहीं बालियाँ। वो आया तो मैनू पता ही लगे, पिछे भी आके मेरी बाली खिंच के लै गया। आए मेरे हाथ तो फिर गुमत आए खिंच ले, जद ने खिंचे मैं वे थप्पड़ मारे। पंजाब च बदमाशां दे हौसले इन्ने बुलंद होंदे जा रहे हैं कि चिट्टे दिन ही उन्हां वल्लों लुट खोह दीआं वड्डीआं वारदातां कीतीआं जा रहीआं ने। खन्ना च भी दिन पर दिन अजिहीआं घटनावां सामने आ रहीआं ने जिथे एक दिन च ही बदमाशां वल्लों दो वारदातां नूं अंजाम दित्ता गया। सीसीटीवी तस्वीरां च देखा जा सकता है कि बाइक ते सवार होकर आया बदमाश महिलावां दे कन्न दीआं बालियां चोरी करके फरार हो गया। इस पीड़ित महिला का कहना है कि जदों घर के बाहर धुप सेक रहे सन तां एक नौजवान आया जो पहला उन्हां दे अगे घुम्मिआ अते फिर पिछों उस दीआं बालियां खिच के लै गया। घटना ये हुई है, मैं बैठी सी धुप्पां ते तो पहला सामने आया, बाद च फिर बैक साइड तो आके ला के लै गया, पता ही नहीं बालियाँ भी की पता की मिलाइया उन्हें दोए ला के लै गए। ये अज 1:30-2 बजे का टाइम सी। पहला कभी इस एरिए च देखा? कदे भी नहीं आया, वाकया होया साडे एरिए च तां पहला वार। ਵਾਲੀਆਂ ਤੁਹਾਡੀ ਦੋਨੇ ਲਾ ਲਈਆਂ ਉਹਨੇ? ਦੋਨੇ ਹੀ ਲਾ ਲਈ। ਪਰ ਬਿਲਕੁਲ ਖਿੱਚੀਆਂ ਜਾਂ ਕਿੱਦਾਂ ਤੁਹਾਡੇ? ਪਤਾ ਹੀ ਨਹੀਂ ਲੱਗਿਆ, ਜਿਵੇਂ ਐਂ ਕਿ ਥੋੜ੍ਹੀ ਜਿਹੀ ਖਿੱਚ ਪਈ ਹੈ ਵੀ ਐਂ ਵੀ ਨਹੀਂ, ਜਦੋਂ ਉਹ ਸਾਹਮਣੇ ਵਾਲੀ ਰੋਲਾ ਪਾਉਂਦੀ ਹੈ ਵੀ ਹਾਂ ਚੋਰ ਚੋਰ ਐਂ, ਤਾਂ ਮੈਂ ਵੀ ਦੇਖਿਆ ਵੀ ਉਹ ਲੰਘ ਗਿਆ ਫਿਰ ਮੋਟਰਸਾਈਕਲ। ਪਹਿਲਾਂ ਕਦੀ ਦੇਖਿਆ ਤੁਸੀਂ ਇਸ ਬੰਦੇ ਨੂੰ? ਮੈਂ ਕੀ ਦੇਖਿਆ, ਮੈਨੂੰ ਤਾਂ ਪਤਾ ਵੀ ਨਹੀਂ, ਮੈਂ ਤਾਂ 100 ਵਾਰੀ ਦੇਖ ਕੇ ਤਾਂ ਵੀ ਨਹੀਂ ਮੈਨੂੰ ਪਹਿਚਾਣ ਹੁੰਦੀ। ਅੱਛਾ, ਤੇ ਪੁਲਿਸ ਨੂੰ ਤੁਸੀਂ ਦੱਸ ਚੁੱਕੇ ਇਸ ਬੰਦੀ? ਹਾਂਜੀ, ਪੁਲਿਸ ਨੂੰ ਤੁਸੀਂ ਦੱਸਤਾ ਵੀ ਇੱਦਾਂ ਦਾ ਘਟਨਾ ਵਾਪਰੀ ਹੈ ਪੁਲਿਸ? ਹਾਂਜੀ, ਮੈਂ ਲਿਖਾ ਤਾ ਬਸ ਮੁੰਡੇ ਨੇ, ਮੈਂ ਤਾਂ ਕਿ ਲਿਖਾਉਣ ਦੀ ਲੋੜ ਹੀ ਨਹੀਂ, ਹੁਣ ਲੈ ਗਏ ਤਾਂ ਕੀ ਕਰ ਸਕਦੇ ਹਾਂ। ਕਿੰਨੀ ਕੁ ਕੀਮਤ ਹੋਊਗੀ ਤੁਹਾਡੀ ਵਾਲੀਆਂ ਦੀ? ਆਏ ਨਹੀਂ ਪਤਾ, ਹੁਣ ਸਦੀਆਂ ਦੀਆਂ ਬਣੀਆਂ ਪਈਆਂ ਨੇ, 20-25 ਕੀ ਪਤਾ ਹੁੰਦਾ, ਕੀ ਪਤਾ ਹੁੰਦਾ ਕਿੰਨੇ ਦੀਆਂ ਨੇ, ਕੀ ਹੈ ਕੀ ਨਹੀਂ। ਐਵੇਂ ਝੂਠ ਮਾਰਾਂ, ਮੇਰੇ 2 ਤੋਲੇ ਦੀ ਸਿਰਤੇ ਨਹੀਂ, ਮੈਂ ਐਵੇਂ ਝੂਠ ਮਾਰਾਂ? 2 ਤੋਲੇ ਦੀ ਨਹੀਂ ਨਹੀਂ, ਮੈਂ ਕਿਹਾ ਮੈਂ ਐਵੇਂ ਝੂਠ ਮਾਰਾਂ ਬਈ, ਇੰਨੇ ਕੀਮਤ ਦੀਆਂ ਸੀ ਜਾਂ 1 ਤੋਲੇ ਦੀ? ਉਹਦਾ ਵੇਟ ਕਿੰਨਾ ਕੁ ਹੋਊਗਾ ਅੰਦਾਜ਼ਨ, ਕਿੰਨੇ ਕੁ ਵੇਟ ਦੀਆਂ ਹੋਣਗੀਆਂ, ਤੋਲੇ ਦੀ ਜਾਂ 2 ਤੋਲੇ ਦੀਆਂ ਸੀ? ਨਾ ਨਾ, ਤੋਲੇ। ਹਾਦਸੇ ਦਾ ਸ਼ਿਕਾਰ ਹੋਈ ਦੂਸਰੀ ਮਹਿਲਾ ਦਾ ਕਹਿਣਾ ਕਿ ਜਦੋਂ ਉਹ ਸੜਕ ਤੇ ਜਾ ਰਹੇ ਸੀ ਤਾਂ ਪਿੱਛੋਂ ਆਇਆ ਬਾਈਕ ਸਵਾਰ ਉਹਨਾਂ ਦੀ ਬਾਲੀ ਝਪਟ ਕੇ ਲੈ ਗਿਆ। ਉਹਨਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਅਨਸਰਾਂ ਨੂੰ ਸਮਾਂ ਰਹਿੰਦੇ ਨੱਥ ਪਾਈ ਜਾਵੇ। ਹਾਂਜੀ, ਮੇਰੀ ਬਾਲੀ ਖਿੱਚੀ ਆ, ਲਾਈ ਆ, ਮੈਂ ਗਲੀ 'ਚ ਜਾ ਰਹੀ ਸੀਗੀ ਅਤੇ ਬਾਜ਼ਾਰ ਨੂੰ, ਅਤੇ ਉਹ ਆਇਆ ਅਤੇ ਮੈਨੂੰ ਪਤਾ ਹੀ ਲੱਗਿਆ ਪਿੱਛੇ ਦੀ ਆ ਕੇ ਮੇਰੀ ਬਾਲੀ ਖਿੱਚ ਕੇ ਲੈ ਗਿਆ। 2:05 ਅਸੀਂ ਮੰਗ ਕਰਦੇ ਹਾਂ ਵੀ ਇਹੋ ਜਿਹੇ ਮਤਲਬ ਇਹੋ ਜਿਹਾ ਨੂੰ ਫੜਨਾ ਚਾਹੀਦਾ ਵਾ। ਉੱਥੇ ਖੰਨਾ ਦੀ ਇੱਕ ਹੋਰ ਬਜ਼ੁਰਗ ਮਹਿਲਾ ਦੇ ਕੋਲੋਂ ਜਦੋਂ ਬਦਮਾਸ਼ ਵੱਲੋਂ ਬਾਲੀਆਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਜ਼ੁਰਗ ਮਹਿਲਾ ਵੱਲੋਂ ਕੀਤੇ ਬਰਾਬਰ ਵਿਰੋਧ ਦੇ ਕਾਰਨ ਬਦਮਾਸ਼ ਨੂੰ ਭੱਜਣ ਦੇ ਲਈ ਮਜਬੂਰ ਹੋਣਾ ਪਿਆ। ਮੈਂ ਉੱਥੇ ਬੈਠੀ ਸੀਗੀ ਜਨਾਨੀਆਂ ਦੇ ਵਿੱਚ, ਉਹ ਆਏ ਉੱਠ ਕੇ, ਉਹਨਾਂ ਨੇ ਕਿਹਾ ਵੀ ਕਿ ਤੁਹਾਡੇ ਮਿਲਣ ਵਾਲਾ ਹੋਣਾ। ਮੈਂ ਆਈ, ਮੈਂ ਆ ਕੇ ਇੱਥੇ ਦਰਾਂ 'ਚ ਖੜੀ ਹਾਂ, ਉਹਨੇ ਆਏ ਕਰਕੇ ਕਿ ਨਾ ਆਏ ਮੇਰੇ ਹੱਥ 'ਚ ਫਿਰ ਗਏ ਅਤੇ ਆਏ ਖਿੱਚ ਲਿਆ। ਜਦੋਂ ਨੇ ਖਿੱਚਿਆ ਮੈਂ ਉਹਦੇ ਥੱਪੜ ਮਾਰਿਆ। ਚੋਰੀ ਸੰਬੰਧੀ ਜਾਣਕਾਰੀ ਮਿਲੀ ਹੈ ਜਿਸ ਸੰਬੰਧੀ ਉਹਨਾਂ ਵੱਲੋਂ ਸੀਸੀਟੀਵੀ ਦੇਖੇ ਜਾ ਰਹੇ ਨੇ। ਉਹਨਾਂ ਕਿਹਾ ਕਿ ਮਾਮਲੇ 'ਚ ਜਲਦੀ ਮੁਲਜ਼ਮ ਦੀ ਪਹਿਚਾਣ ਕਰਕੇ ਉਸਨੂੰ ਕਾਬੂ ਕੀਤਾ ਜਾਵੇਗਾ। ਬੰਦਾ ਜੀ ਅਸੀਂ ਟਰੇਸ ਕਰ ਲਾਂਗੇ ਜਲਦੀ, ਇਸਨੂੰ ਪਰਚਾ ਦਰਜ ਕਰ ਰਹੇ ਹਾਂ ਅਸੀਂ। ਪਰਚਾ ਦਰਜ ਕਰਕੇ ਅਤੇ ਸੰਭਾਵਨਾ ਹੈ ਜੀ ਅਸੀਂ ਜਲਦੀ ਉਹ ਫੜ ਕੇ ਇਹਨੂੰ ਅਨਫੋਲਡ ਕਰ ਦਾਂਗੇ। ਅਤੇ ਸਰ ਕੋਈ ਸੀਸੀਟੀਵੀ ਵਗੈਰਾ ਵੀ ਸਾਹਮਣੇ? ਉਹ ਸਾਰਾ ਕੁਝ ਦੇਖ ਰਹੇ ਹਾਂ ਜੀ, ਦੈਟ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ, ਅਸੀਂ ਉਹ ਸਾਰਾ ਹੀ ਕਰ ਰਹੇ ਹਾਂ ਇੱਥੇ, ਅਸੀਂ ਇੱਕਦਮ ਇਸਨੂੰ ਉਹ ਨਹੀਂ ਕਰ ਸਕਦੇ।
जेकर जो कह के खन्ना च बदमाश पूरी तरह सरगर्म है, जिसके चलदियां उन्हां वल्लों अजिहियां वारदातां नूं अंजाम दिता जा रहा है। हुण देखना होगा कि कदों तक पुलिस अजिहे बदमाशां नूं डक के अंदर दिंदी है। खन्ना तो करविंदर ढिल्लों, पंजाबी लोक चैनल।